ਸਿੰਘ ਲੱਡੀ ਬਲਾਕ ਭਵਾਨੀਗੜ੍ਹ ਬੀਕਯੂ ਇਕਤਾਗੜ੍ਹ। ਕਿਸਾਨ ਬੈਠੇ ਨੇ, ਡਟੇ ਬੈਠੇ ਨੇ, ਆਪਣੇ ਹੱਕ ਮੰਗ ਰਹੇ ਨੇ। ਉਹ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ। ਜਿਹੜੀ ਭਾਜਪਾ ਦੀ ਸਰਕਾਰ ਆ ਉਹ ਤੋਂ ਆਹ ਹਾਜ਼ਮ ਨਹੀਂ ਹੋ ਰਿਹਾ। ਉੱਥੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਬੈਠਿਆਂ ਦਾ ਅੰਦੋਲਨ ਚੱਲ ਰਿਹਾ, ਉਹ ਦੇਖ ਕੇ ਆ ਦੇਖ ਰਹੇ ਨੇ ਵੀ ਇਹਨਾਂ ਦੇ 48 ਦਿਨ ਹੋ ਗਏ, ਵੀ ਆਹ ਤਾਂ ਕੋਈ ਨਹੀਂ, ਲੋਕ ਹੋਲੜਬਾਜ਼ੀ ਕਰ ਰਹੇ। ਉਹਨਾਂ ਨੇ ਉੱਥੇ ਆਪਣਾ ਕਰਕੇ ਚਰਚਾ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਭਾਜਪਾ ਦੇ ਲੀਡਰ ਨੇ ਜਿਹੜੇ ਛੋਟੇ ਮੋਟੇ ਅਹੁਦੇ ਵਾਲੇ ਨੇ ਇਹਨਾਂ ਨੂੰ ਭੇਜ ਰਹੇ ਨੇ ਵੀ ਆ ਜਾ ਕੇ ਉੱਥੇ ਮਾਹੌਲ ਖਰਾਬ ਕਰਨਾ। ਵੀ ਅਸੀਂ ਦਿੱਲੀ ਦੇ ਵਿੱਚ ਜਿਹੜਾ 26 ਤਰੀਕ ਨੂੰ ਵੱਡਾ ਟਰੈਕਟਰਾਂ ਦਾ ਕਾਫਲਾ ਲੈ ਕੇ ਜਾ ਰਹੇ ਹਾਂ, ਉਹਨੂੰ ਵੀ ਆ ਗਲਤ ਦਿਸ਼ਾ ਦੇਣੀ ਚਾਹੁੰਦੇ ਨੇ। ਵੀ ਜਿਵੇਂ ਅੱਜ ਪੂਰੇ ਭਵਾਨੀਗੜ੍ਹ ਦੇ ਵਿੱਚ ਸਾਡੀ ਕਾਲੇ ਝਾੜ ਟੂਰ ਪਲਾਜੀ ਦੇ ਮੀਟਿੰਗ ਦੀ ਭਾਰਤੀ ਕਿਸਾਨ ਯੂਨੀਅਨ ਦੀ ਗਰਾਹਾਂ ਦੀ, ਉੱਥੇ ਸਾਨੂੰ ਥੋੜੀ ਸੂਹ ਮਿਲੀ ਵੀ ਉੱਥੇ ਭਵਾਨੀਗੜ੍ਹ ਦੇ ਵਿੱਚ ਵੀ ਐਂ ਕਰਕੇ ਭਾਜਪਾ ਦਾ ਮੰਤਰੀ ਜਿਹੜੇ ਲੀਡਰ ਨੇ ਇਹਨਾਂ ਨੇ ਸੱਡੇ ਨੇ, ਮੰਤਰੀਆਂ ਨੇ, ਵੀ ਉਹ ਕੋਈ ਮੀਟਿੰਗ ਕਰਵਾਉਣ ਆ ਰਿਹਾ। ਕਹਿੰਦੇ ਅਸੀਂ ਉਰੇ ਆਏ ਤਾਂ ਇੱਥੇ ਸਾਨੂੰ DSP ਸਾਹਿਬ ਕਹਿੰਦੇ ਵੀ ਉਹ ਤਾਂ ਇੱਥੇ ਕੋਈ ਮਰੀਜ਼ ਆ ਇਹਨਾਂ ਦਾ, ਵੀ ਉਹਦਾ ਪਤਾ ਲੈਣ ਆਏ ਨੇ, ਵੀ ਉਰੇ ਤਾਂ ਉਹ ਆਏ ਨਹੀਂ ਹਜੇ ਆਉਣਾ। ਜਦ ਤਕਰੀਬਨ ਅਸੀਂ ਗੱਡੀ 'ਚ ਉਤਰੇ ਉਹ ਇਹਨਾਂ ਦਾ ਜਿਹੜਾ ਭਾਜਪਾ ਦਾ ਉਰੇ ਆਇਆ ਦੀ ਜੁੱਤੀ ਚੱਟ ਉਹ ਭੱਜਣ ਲੱਗਿਆ। ਅਸੀਂ ਗੱਡੀ ਦੇ ਮੂਹਰੇ ਹੋ ਕੇ ਘਰਾਓ ਕੀਤਾ, ਜਿਹੜੇ ਇਹਨਾਂ ਦੇ ਨਾਲ 5-6 ਗੁੰਡੇ ਦੇ ਉਹ ਸਾਨੂੰ ਧੱਕੇ ਮਾਰਨ ਲੱਗੇ। ਅਸੀਂ ਨਜਾਬਤੇ 'ਚ ਰਹਿਆ ਜਥੇਬੰਦੀ ਨੇ ਉਹਨਾਂ ਦਾ ਘਰਾਓ ਕਰਕੇ ਉਹਨਾਂ ਨੂੰ ਆ ਇਹਨਾਂ ਦੀ ਜਿਹੜੀ ਧਰਮਸ਼ਾਲਾ ਇਹਦੇ ਵਿੱਚ ਬੰਦੀ ਬਣਾਇਆ। ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਨੇ ਬੈਠ ਕੇ ਉਹਦਾ ਵਿਰੋਧ ਕੀਤਾ, ਗਲਤੀ ਮੰਨ ਕੇ ਗਿਆ ਇਹਨਾਂ ਦਾ ਜਿਹੜਾ ਕੋਈ ਜ਼ਿਲ੍ਹੇ ਦਾ ਪ੍ਰਧਾਨ ਸੀ। ਉਹਨੇ ਕਿਹਾ ਵੀ ਕਹਿੰਦਾ ਮੈਂ ਕਿਸਾਨਾਂ ਦੇ ਹੀ ਪੁੱਤ ਹਾਂ, ਉੱਥੇ ਬੋਲਿਆ ਉਹਨੂੰ ਪੁੱਛੇ ਪੜੂਏ ਜਹਾਨ ਦੇ ਨੂੰ, ਜੇ ਤੂੰ ਕਿਸਾਨਾਂ ਦਾ ਪੁੱਤ ਆ ਤਾਂ ਤੂੰ ਕਿਸਾਨਾਂ 'ਚ ਆ ਕੇ ਬੈਠਾ, ਤੂੰ ਇਹਨਾਂ ਨਾਲ ਗੁਪਤ ਮੀਟਿੰਗਾਂ ਕਰਦਾ। ਇੱਕ ਵੱਡੀ ਗੱਲ ਹੋਰ ਆ, ਉਹ ਜਦ ਉਰੇ ਸਾਡਾ ਚੱਲਿਆ ਪ੍ਰੋਗਰਾਮ ਉਹਨੂੰ ਇੱਥੋਂ ਪ੍ਰਸ਼ਾਸਨ ਤੋਂ ਹੀ ਖਾਣਾ ਮੰਗਾ ਕੇ ਅੰਦਰ ਖਾਧਾ। ਆਹ ਜਿਹੜੇ ਕਿਸਾਨ ਤੇ ਜਾਂ ਉਹਦੇ ਮੁਲਾਜ਼ਮ ਜਿਹੜੇ ਕੈਪਟਨ ਅਮਰਿੰਦਰ ਨੂੰ ਲੋਕ ਕਹਿੰਦੇ ਨੇ ਵੀ ਆਹ ਲੋਕਾਂ ਦੇ ਪੱਖ ਦੀ ਗੱਲ ਕਰਦਾ ਜਾਂ ਕਿਸਾਨਾਂ ਦੇ, ਵੱਡੀ ਗਿਣਤੀ ਦੇ ਵਿੱਚ ਫੋਰਸ ਮੰਗਾਈ ਆ ਬੱਸਾਂ ਭਰ ਭਰ ਕੇ, ਤੁਸੀਂ ਦੇਖ ਸਕਦੇ ਹੋ 6-7 ਬੱਸਾਂ ਇਹਨਾਂ ਨੇ ਫੋਰਸ ਦੀਆਂ ਮੰਗਾਈਆਂ। ਅਸੀਂ ਕਹਿਤਾ ਕਿ ਸਾਡੇ ਤੁਸੀਂ ਸਿਰ ਪਾੜ ਕੇ ਮੱਥੇ ਪਾੜ ਕੇ ਤਾਂ ਇਹਨੂੰ ਕੱਟ ਕੇ ਲੈ ਕੇ ਜਾ ਸਕਦੇ ਹੋ, ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਜਿੰਨਾ ਟਾਈਮ ਤੱਕ ਆਹ ਗਲਤੀ ਮੰਨ ਕੇ ਨਹੀਂ ਜਾਂਦਾ ਵੀ ਮੈਂ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਗਲਤ ਮੀਟਿੰਗਾਂ ਨਹੀਂ ਕਰਵਾਉਂਦਾ ਜਾਂ ਮਾਹੌਲ ਨੂੰ ਖਰਾਬ ਕਰਕੇ ਕਰਨਾ ਨਹੀਂ ਚਾਹੁੰਦਾ ਤਾਂ ਜਾਣ ਦੇਵਾਂਗੇ। ਅਸੀਂ ਉਹੀ ਚੀਜ਼ ਉਹਨਾਂ ਤੋਂ ਹਾਲ ਹੀ ਉਰੇ ਸਟੇਟ ਦੇ ਉਹਨੇ ਕਹਿਤਾ ਇਹਨਾਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਦੀ ਵੀ ਮੈਂ ਵੀ ਕਿਸਾਨਾਂ ਦਾ ਪੁੱਤ ਹਾਂ, ਅਸੀਂ ਤੁਹਾਡੇ ਹਿੱਤਾਂ 'ਚ ਹਾਂ, ਪਰ ਆਹ ਪਤਾ ਲੱਗ ਗਿਆ ਲੋਕਾਂ ਨੂੰ ਵੀ ਜਿਹੜੀਆਂ ਆਹ ਮੀਟਿੰਗਾਂ ਕਰਦੇ ਨੇ ਆਹ ਲੋਕਾਂ ਨੂੰ ਗਲਤ ਦਿਸ਼ਾ ਦੇਣੀ ਚਾਹੁੰਦੇ ਨੇ, ਪਰ ਆਹ ਲੋਕ ਸਮਝ ਚੁੱਕੇ ਨੇ ਹੁਣ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ। ਆਹ ਤਾਂ ਉਰੇ ਛੋਟੀ ਗਿਣਤੀ 'ਚ ਹਜੇ ਲੋਕ ਆਏ ਨੇ ਜਾਂ ਪਿੰਡਾਂ ਦੇ ਵਿੱਚ ਜਾਣਗੇ, ਲੋਕ ਇਹਨਾਂ ਦੇ ਜੁੱਤੀਆਂ ਦਾ ਹਾਰ ਪਾ ਕੇ ਸਵਾਗਤ ਕਰਨਗੇ। ਹਰਜਿੰਦਰ ਸਿੰਘ ਘਰਾਚੋਂ, ਬਲਾਕ ਆਗੂ ਭਵਾਨੀਗੜ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹ। ਇਹ ਜਿਹੜਾ ਭਾਜਪਾ ਦੇ ਮੰਤਰੀ ਸੂਬਾ ਸੰਗਠਨ ਸਕੱਤਰ ਸੀਗਾ ਦਿਨੇਸ਼ ਸ਼ਰਮਾ, ਇੱਥੇ ਭਵਾਨੀਗੜ੍ਹ ਵਿਖੇ ਮੀਟਿੰਗਾਂ ਕਰਵਾਉਂਦੇ ਫਿਰਦੇ ਸੀਗੇ। ਅੱਜ ਅਗਰਵਾਲ ਭਵਨ ਦੇ ਵਿੱਚ ਉਹ ਆਏ ਹੋਏ ਸੀ। ਜਦੋਂ ਸਾਨੂੰ ਪਤਾ ਲੱਗਿਆ, ਅਸੀਂ ਜਥੇਬੰਦੀ ਦੇ ਆਗੂਆਂ ਨਾਲ ਰਾਇ ਕਰਕੇ ਅਸੀਂ ਉਹਨਾਂ ਦਾ ਇੱਥੇ ਆ ਕੇ ਘਰਾਓ ਕੀਤਾ ਤੇ 2-3 ਘੰਟੇ ਘਰਾਓ ਜਿਹੜਾ ਅਸੀਂ ਜਾਰੀ ਰੱਖਿਆ, ਕਿਉਂਕਿ ਇਹ ਬਲਦੀ ਤੇ ਤੇਲ ਪਾਉਂਦੇ ਫਿਰਦੇ ਨੇ। ਜਦੋਂ ਪਤਾ ਵੀ ਇਹ ਐਡੇ ਵੱਡੇ ਅੰਦੋਲਨ ਨੇ ਜਿਹੜੇ ਕਾਲੇ ਕਾਨੂੰਨਾਂ ਖਿਲਾਫ ਇਹ ਚੱਲ ਰਹੇ ਨੇ, ਇਹ ਫੇਰ ਵੀ ਇੱਥੇ ਆ ਕੇ ਲੋਕਾਂ ਨੂੰ ਇੱਕ ਲੋਕ ਜਿਹੜਾ ਇਹ ਘੋਲ ਨੂੰ ਗਲਤ ਦਿਸ਼ਾ ਦੇਣਾ ਚਾਹੁੰਦੇ ਨੇ ਵੀ ਇਹ ਕੋਈ ਲੋਕ ਇਹਨਾਂ ਨਾਲ ਹੱਥੋਂ ਪਾਈ ਹੋਣਾ, ਕੋਈ ਭੰਨ ਤੋੜ ਕਰਨਾ ਤੇ ਇਹਨਾਂ ਦੇ ਲੋਕਾਂ ਤੇ ਕੋਈ ਅਸੀਂ ਗਲਤ ਜਿਹੜੇ ਕੋਈ ਪਰਚੇ ਪੁਰਚੇ ਕਰਵਾ ਕੇ ਇਸ ਘੋਲ ਦੀ ਦਿਸ਼ਾ ਨੂੰ ਬਦਲੀਏ। ਇਸ ਕਰਕੇ ਅਸੀਂ ਸ਼ਾਂਤਮਈ ਇੱਥੇ ਵੀ ਜਿਹੜਾ ਅੱਜ ਘਰਾਓ ਕੀਤਾ ਸੀ, ਇੱਥੇ ਲੋਕ ਸ਼ਾਂਤਮਈ ਤਰੀਕੇ ਨਾਲ ਬੈਠੇ ਤਾਂ ਉਹਨਾਂ ਦਾ ਕੋਈ ਜ਼ਿਲ੍ਹਾ ਪ੍ਰਧਾਨ ਹੈਗਾ ਉਹ ਰਣਦੀਪ ਸਿੰਘ ਦਿਓਲ ਆ, ਉਹਨਾਂ ਨੇ ਆ ਕੇ ਸਟੇਜ ਤੋਂ ਆਪਦੀ ਗਲਤੀ ਮੰਨੀ ਵੀ ਅਸੀਂ ਅੱਗੇ ਤੋਂ ਜਾਂ ਨਹੀਂ ਕਰਾਂਗੇ। ਉਹਨਾਂ ਦਾ ਕੋਈ ਆਪਸ ਦੀ ਕੋਈ ਗੱਲਬਾਤ ਜਿਹੜਾ ਕਿ ਮੀਟਿੰਗਾਂ ਕਿਹੜੀਆਂ ਨੇ, 5-6 ਬੰਦੇ ਆਏ ਸੀਗੇ ਮੀਟਿੰਗ ਦੇ ਵਿੱਚ, ਤਾਂ ਸਾਡੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੀ ਹੋ ਕੇ ਅੱਡੀ ਆ। ਘੱਟੋ ਘੱਟ 2-2 ਬੰਦੀ ਬੁਲਾਏ ਨੇ ਅਸੀਂ ਪਿੰਡ ਇਕਾਈਆਂ ਦੇ ਆਗੂ, ਫੇਰ ਵੀ 150 ਤੋਂ ਉੱਪਰ ਬੰਦੇ ਆਪਣੇ ਹਾਜ਼ਰ ਸੀਗੇ, ਉਹ ਸਾਰੇ 5-6 ਬੰਦੇ ਸੀਗੇ। ਇਹਦਾ ਇੱਕ ਜਿਹੜਾ ਇੱਥੇ ਲੋਕਾਂ ਦੇ ਵਿੱਚ ਆਪਣਾ ਦਿਖਾਉਂਦੇ ਨੇ ਵੀ ਇੱਕ ਬੱਸ ਦਾ ਲੋਕ ਇੱਧਰ ਵੀ ਆਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਾਲੇ ਕਾਨੂੰਨਾਂ ਖਿਲਾਫ, ਪਰ ਅਸੀਂ ਆਹ ਪੰਜਾਬ ਦੇ ਵਿੱਚ ਆਰਾਮ ਨਾਲ ਫਿਰ ਦਿਆਂਗੇ ਵੀ ਸਾਨੂੰ ਕੋਈ ਡਰ ਨਹੀਂ। ਇਸ ਕਰਕੇ ਪਹਿਲਾਂ ਵੀ ਇਹਨਾਂ ਦੇ ਲੋਕਾਂ ਨੇ ਛਿੱਤਰ ਮਾਰੇ ਨੇ, ਜਿਹੜੇ ਕੋਈ ਅਸ਼ਵਨੀ ਸ਼ਰਮਾ ਵਰਗੇ ਆਏ ਨੇ, ਆਹ ਨਤੀਸ਼ ਸ਼ਰਮਾ ਆਇਆ ਸੀਗਾ, ਅੱਜ ਲੋਕ ਮੂੰਹ ਤੇ ਛਿੱਤਰ ਮਾਰਦੇ ਪਰ ਲੋਕ ਜਾਗਰੂਕ ਹੋ ਗਏ, ਉਹ ਸਮਝਦਾਰ ਹੋ ਗਏ
ਵੀ ਕੋਈ ਸਾਡੇ ਘੋਲ ਦੇ ਵਿੱਚ ਕੋਈ ਇਹੀ ਜਿਹਾ ਕੋਈ ਵਿਘਨ ਨਾ ਪਵੇ, ਇਸ ਕਰਕੇ ਸ਼ਾਂਤਮਈ ਉਹਨਾਂ ਦਾ ਘਰਾਓ ਕੀਤਾ। ਅਨੇਕਤਾ ਗ੍ਰਾਹਾਂ ਜਿੰਦਾਬਾਦ, 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 ਸਾਨ ਦੁਨੀਆ ਅਨੇਕਤਾ ਗ੍ਰਾਹਾਂ ਜਿੰਦਾਬਾਦ, 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 ਸੈਨਿਕ ਦੀ ਮੋਦੀ ਸਰਕਾਰ ਮੁਰਦਾਬਾਦ, 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 ਪੰਜਾਬ ਦੀ ਕੈਪਟਨ ਸਰਕਾਰ ਮੁਰਦਾਬਾਦ, 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 ਸ਼੍ਰੋਮਣੀ ਅਕਾਲੀ ਦਲ ਮੁਰਦਾਬਾਦ, 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 ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਜਿੰਦਾਬਾਦ, ਮੁਰਦਾਬਾਦ, ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, 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 ਮੋਦੀ ਦੇ ਚਮਚੇ ਮੁਰਦਾਬਾਦ, ਮੁਰਦਾਬਾਦ।